जलंधर के फिलौर शहर में हाई प्रोफाइल ससुराल घर में ही चोरी की वारदात को अंजाम देने वाली कलयुगी बहू को फिलौर पुलिस ने गिरफ्तार कर लिया है। इस संबंधी जानकारी देते हुए डीएसपी फिलौर अमरीक सिंह चहल ने बताया कि उक्त युवती ने अपने आशिक के सिर पर चढ़े हुए कर्ज को उतारने और फिर बाद में उसके साथ ही भागकर शादी करने के लिए इस वारदात को अंजाम दिया था। उन्होंने बताया कि दोनों आरोपियों पर मामला दर्ज कर अगली कार्रवाई शुरू कर दी गई है। ਇੰਦਰਜੀਤ ਸ਼ਰਮਾ ਨਾਂ ਦਾ ਇੱਥੇ ਵਿਅਕਤੀ ਹੈ, ਉਹਨੇ ਕੰਪਲੇਂਟ ਕੀਤੀ ਸੀਗੀ ਸਾਡੇ ਕੋਲ ਵੀ ਮੇਰੇ ਜਿਹੜਾ ਆ 17 ਲੱਖ ਰੁਪਈਆ ਅਤੇ 25 ਤੋਲੇ ਦੇ ਕਰੀਬ ਸਾਡਾ ਜਿਹੜਾ ਸੋਨਾ ਜਿਹੜਾ ਆ ਉਹ ਚੋਰੀ ਹੋਇਆ ਆ ਅਤੇ ਮੈਨੂੰ ਸ਼ੱਕ ਆ ਵੀ ਮੇਰੀ ਜਿਹੜੀ ਨੂੰਹ ਆ ਅਤੇ ਨਾਲ ਉਹਦਾ ਕੋਈ ਕਿੰਨਾ ਫਰੈਂਡ ਆ ਉਹ ਮੇਰੇ ਘਰੋਂ ਜਿਹੜਾ ਸਮਾਨ ਚੁੱਕ ਕੇ ਲੈ ਗਿਆ, ਜਿਹਦੇ 'ਤੇ ਅਸੀਂ ਉਹਦੀ ਕੰਪਲੇਂਟ ਦੇ ਉੱਤੇ ਕੇਸ ਰਜਿਸਟਰ ਕੀਤਾ। ਕੇਸ ਰਜਿਸਟਰ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ, ਤਫਤੀਸ਼ ਦੇ ਦੌਰਾਨ ਜਿਹੜਾ ਆ ਹੁਣ ਸਾਡੇ ਕੋਲ 4,27,000 ਰੁਪਈਆ ਬਰਾਮਦ ਕੀਤਾ ਲੜਕੀ ਕੋਲੋਂ ਅਤੇ ਪਲੱਸ ਮੁੰਡੇ ਕੋਲੋਂ ਗਹਿਣੇ ਵੀ ਬਰਾਮਦ ਕੀਤੇ ਆ। ਹੁਣ 20 ਤੋਲੇ ਦੇ ਕਰੀਬ ਜਿਹੜਾ ਸੋਨਾ ਬਰਾਮਦ ਹੋ ਚੁੱਕਾ ਅਤੇ 4,27,000 ਰੁਪਈਆ ਆਪਣੇ ਚੋਰੀ ਦਾ ਬਰਾਮਦ ਹੋ ਚੁੱਕਾ। ਉਹ ਮੇਰੇ ਨਾਲ ਫੇਸਬੁੱਕ 'ਤੇ ਹੋਇਆ, 2 ਸਾਲ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਨੇ ਇਹਦੇ ਵਿੱਚ ਇੱਕ ਦੂਜੇ ਨੂੰ, ਔਰ 2 ਸਾਲ ਤੋਂ ਇਹਨਾਂ ਦੇ ਆਪਸੀ ਰਿਲੇਸ਼ਨ ਨੇ ਅਤੇ ਜਿਹੜੀ ਇਹਨਾਂ ਦੀ ਨੂੰਹ ਨੇ ਇੰਦਰਜੀਤ ਸ਼ਰਮਾ ਦੀ, ਇਹਨਾਂ ਦੇ ਮੁੰਡੇ ਨਾਲ ਕੋਈ ਵਧੀਆ ਸੰਬੰਧ ਨਹੀਂ ਸੀ ਉਹਨਾਂ ਦੇ ਆਪਸ ਦੇ ਵਿੱਚ। ਰਿੰਪਲ ਨਾਂ ਹੈ ਇਸ ਲੜਕੀ ਦਾ ਅਤੇ ਜਿਹੜਾ ਲੜਕਾ ਹੈਗਾ ਉਹ ਲਖਬੀਰ ਲੱਖੀ ਹੈ, ਕੰਬੋਜ ਬਰਾਦਰੀਆਂ ਸੰਬੰਧ ਰੱਖਦਾ, ਫਰੀਦਕੋਟ ਦੇ ਲਾਗੇ ਸਾਧਾਵਾਲ ਪਿੰਡ ਪੈਂਦਾ, ਉੱਥੋਂ ਦਾ ਰਹਿਣ ਵਾਲਾ ਹੈ, ਔਰ ਇਹ ਕਿੰਨਾ ਪੜ੍ਹਿਆ ਲਿਖਿਆ ਮੁੰਡਾ ਆ। ਅਤੇ ਇਹਨਾਂ ਦਾ ਮਕਸਦ ਇਹ ਸੀ ਇਸ ਚੋਰੀ ਕਰਨ ਦਾ ਕਿ ਅਸੀਂ ਇਹ ਸਾਰੇ ਪੈਸੇ ਲੈ ਕੇ, ਗਹਿਣੇ ਲੈ ਕੇ, ਅਤੇ ਅਸੀਂ ਜਿਹੜਾ 4-5 ਦਿਨ ਬਾਅਦ ਇੱਥੋਂ ਭੱਜ ਕੇ ਅਤੇ ਆਪਣੀ ਮੈਰਿਜ ਕਰਾ ਲਵਾਂਗੇ ਅਤੇ ਆਪਣੀ ਜਿਹੜੀ ਆ ਦੂਰ ਕਿਤੇ ਜਾ ਕੇ ਆਪਣੀ ਲਾਈਫ ਨੂੰ ਗੁਜ਼ਾਰਾਂ। ਕੀ ਕਾਰਵਾਈ ਹੈ ਸਰ? ਕਾਰਵਾਈ ਹੁਣ ਕੇਸ ਰਜਿਸਟਰ ਹੋ ਚੁੱਕਾ, ਅਸੀਂ ਅੱਜ ਪੇਸ਼ ਕਰ ਚੁੱਕੇ ਰਹੇ ਹਾਂ ਇਹਨਾਂ ਨੂੰ ਕੋਰਟ 'ਚ, ਉਹ 'ਚ ਰਿਮਾਂਡ ਲੈ ਕੇ ਜਿਹੜੀ ਬਾਕੀ ਬਚਦੀ ਰਿਕਵਰੀ ਹੈ ਉਹ ਅਸੀਂ ਬਰਾਮਦ ਕਰਦੇ।